ਤਾਜ ਹੋਏ ਪੇਸ਼ ਬਚੜ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਾਡੇ ਨਾਲ ਜੁੜ ਚੁੱਕੇ ਨੇ ਗਰਾਉਂਡ ਜ਼ੀਰੋ ਤੇ ਅਨਮੋਲ ਗੁਲਾਟੀ ਉਹਨਾਂ ਦੇ ਨਾਲ ਖਾਸੋਤੇ ਗੱਲਬਾਤ ਕਰਨ ਗਿਆ ਅਨਮੋਲ ਓਵਰ ਟੂ ਯੂ ਜੇ ਬਿਲਕੁਲ ਦੇਖੋ ਜੇਕਰ ਗੱਲ ਕਰੀਏ ਤਾਂ ਕੇਂਦਰ ਬਜਟ ਜਿਹੜਾ ਕਿ ਯੂਨੀਅਨ ਬਜਟ ਜਿਹੜਾ ਕਿ ਆਪੇਸ਼ ਕੀਤਾ ਗਿਆ ਸਟੇਟਸ ਵੱਲੋਂ ਰეკਮੈਂਡੇਸ਼ਨਸ ਜਾਂਦੀਆਂ ਨੇ ਸਟੇਟਸ ਦੀ ਕੁਝ ਉਮੀਦਾਂ ਹੁੰਦੀਆਂ ਨੇ ਤਾਂ ਕੀ ਪੰਜਾਬ ਦੀ ਉਮੀਦਾਂ ਜਿਹੜੀ ਸੀਗੀਆਂ ਸੂਬੇ ਦੀ ਜਿਹੜੀ ਉਮੀਦਾਂ ਸੀਗੀਆਂ ਪੂਰੀ ਹੋਈਆਂ ਜਾਂ ਨਹੀਂ ਉਸ ਦੇ ਬਾਰੇ ਗੱਲਬਾਤ ਕਰਨ ਲਈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਾਡੇ ਨਾਲ ਮੌਜੂਦ ਨੇ ਚੀਮਾ ਸਾਹਿਬ ਉਮੀਦਾਂ ਕਾਫੀ ਸੀਗੀਆਂ ਇਸ ਬਜਟ ਤੋਂ ਰეკਮੈਂਡੇਸ਼ਨਸ ਕਾਫੀ ਕੁਝ ਗਈਆਂ ਹੋਣਗੀਆਂ ਉਹਨਾਂ ਦੇ ਵਿੱਚੋਂ ਕਿੰਨੀ ਪੂਰੀ ਹੋਈ ਦੇਖੋ ਜਿੰਨੀਆਂ ਅਸੀਂ ਰეკਮੈਂਡੇਸ਼ਨ ਜਿੰਨੀਆਂ ਅਸੀਂ ਮੰਗਾ ਪ੍ਰੀ ਬਜਟ ਮੀਟਿੰਗ ਦੇ ਅਧੀਨ ਰੱਖੀਆਂ ਸੀ ਉਹਨਾਂ ਚੋਂ ਇੱਕ ਵੀ ਮੰਗ ਦੇ ਉੱਤੇ ਨਾ ਗੌਰ ਫਰਮਾਇਆ ਨਾ ਹੀ ਸਾਡੀ ਕੋਈ ਮੰਗ ਜਿਹੜੀ ਆ ਪ੍ਰਵਾਨ ਕੀਤੀ ਬਲਕਿ ਮੈਸਾਬੰਦਾਂ ਇਹ ਬਜਟ ਦੇ ਵਿੱਚ ਪੰਜਾਬ ਦੇ ਨਾਲ ਵੱਡਾ ਧੋਖਾ ਕੀਤਾ ਪੰਜਾਬ ਨੂੰ ਪੂਰੀ ਤਰ੍ਹਾਂ ਇਗਨੋਰ ਕੀਤਾ ਗਿਆ ਪੰਜਾਬ ਦੇ ਨਾਲ ਵੱਡਾ ਵਿਤਕਰਾ ਜਿਹੜਾ ਉਹ ਕੇਂਦਰ ਸਰਕਾਰ ਨੇ ਕੀਤਾ ਮਤਰਈ ਮਾਨਸ ਲੋਕ ਪੰਜਾਬ ਦੇ ਨਾਲ ਕੀਤਾਗਾ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਫਾਰਮਰਸ ਨੂੰ ਪੰਜਾਬ ਦੇ ਨੌਜਵਾਨ ਨੂੰ ਬੁਰੀ ਤਰ੍ਹਾਂ ਨਾਰਾਜ਼ ਕੀਤਾਗਾ ਔਰ ਪੰਜਾਬ ਦਾ ਇੱਕ ਵੱਡਾ ਹਿੱਸਾ ਦਲਿਤ ਪੋਪੂਲੇਸ਼ਨ ਐਸਸੀ ਪੋਪੂਲੇਸ਼ਨ ਉਹਨਾਂ ਦੇ ਲਈ ਇੱਕ ਵੀ ਪੈਸੇ ਦਾ ਪ੍ਰਬੰਧ ਜਿਹੜਾ ਆ ਗਿਆ ਇਸ ਬਜਟ ਦੇ ਦੀ ਨਹੀਂ ਕੀਤਾ ਗਿਆ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗੱਲ ਕੀਤੀ ਜਾਵੇ, ਭਾਜਪਾ ਦੀ ਗੱਲ ਕੀਤੀ ਜਾਵੇ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਆਮ ਲੋਕਾਂ ਦਾ ਲਈ ਇਹ ਬਜਟ ਸੀਗਾ, ਮੱਧਮ ਵਰਗ ਦੇ ਜਿਹੜੇ ਲੋਕ ਹੈ ਉਹਨਾਂ ਦਾ ਲਈ ਬਜਟ ਸੀਗਾ ਤੇ ਤੁਸੀਂ ਜਿਹੜੀ ਇਹ ਨਖੇਦੀ ਕਰ ਰਹੇ ਹੋ ਕਿੰਨ ਪੁਆਇੰਟਸ ਤੇ ਖਾਸ ਤੌਰ ਤੇ ਕਰ ਰਹੇ? ਅ ਦੇਖੋ ਕੇਂਦਰ ਸਰਕਾਰ ਨੇ ਤਾਂ ਆਪਣੇ ਬਜਟ ਦੀ ਬਾਬਾ ਕਰਨੀ ਕਰਨੀ ਆ ਪਰ ਲੇਕਿਨ ਇਹ ਬਜਟ ਜਿਹੜਾ ਹੈਗਾ ਅਲਟੀਮੇਟਲੀ ਕੇਂਦਰ ਸਰਕਾਰ ਨੇ ਪੂੰਜੀਪਤੀਆਂ ਨੂੰ ਰਾਹਤ ਦੇਣ ਦੇ ਲਈ ਵੱਡੇ ਵੱਡੇ ਰੈਡ ਘਰਾਣੇ ਨੇ ਉਹਨਾਂ ਨੂੰ ਰਾਹਤ ਦੇਣ ਲਈ ਤਿਆਰ ਕੀਤਾ ਬਲਕਿ ਇਹਦੇ ਵਿੱਚ ਮਿਡਲ ਮੈਨ ਦਾ ਜਿਹੜਾ ਹੈਗਾ ਜਾਂ ਛੋਟੇ ਆਮ ਬੇਕਤੀਆਂ ਦਾ ਕੋਈ ਵੀ ਖਿਆਲ ਨਹੀਂ ਰੱਖਿਆ ਗਿਆ ਸੋ ਇਹ ਬਜਟ ਜਿਹੜਾ ਆਲਟੀਮੇਟਲੀ ਦੇਸ਼ ਦੇ ਆਮ ਲੋਕਾਂ ਦੇ ਖਿਲਾਫ ਹੀ ਪੁਕਦਾ ਜਿਹੜੀ ਆਪਣੀ ਸਰਕਾਰ ਨੇ ਗੱਡੀਆਂ ਸਕ੍ਰੈਪ ਕਰਨ ਦੀ ਗੱਲ ਕੀਤੀ ਇਹ ਕਿਹਾ ਗਿਆ ਕਿ ਇਲੈਕਟ੍ਰਿਕ ਵਹੀਕਲਸ ਨੂੰ ਪ੍ਰੋਮੋਟ ਕੀਤਾ ਜਾਊਗਾ ਜਾਂ ਫਿਰ ਜਿਹੜੇ ਪੁਰਾਣੇ ਵਹੀਕਲਸ ਆ ਉਹਨਾਂ ਦੇ ਕਰਕੇ ਪੋਲੂਸ਼ਨ ਵੀ ਕਾਫੀ ਹੁੰਦਾ ਤੇ ਅੱਗੇ ਆਟੋਮੋਬਾਈਲ ਇੰਡਸਟਰੀ ਨੂੰ ਪ੍ਰੋਮੋਟ ਕਰਨ ਦੇ ਲਈ ਆਪਣੇ ਵਹੀਕਲਸ ਨੂੰ ਸਕ੍ਰੈਪ ਕੀਤਾ ਉਸ ਚੀਜ਼ ਨੂੰ ਕਿਵੇਂ ਵੇਖਦੇ ਹੋ ਕਿ ਇਹ ਵਧੀਆ ਕੋਈ ਸਟੈਪ ਹੈ ਲੱਗਦਾ ਇਹ ਸਟੈਪ ਹੈ ਬਿਲਕੁਲ ਜਿਹੜਾ ਅੱਛੇ ਕੰਮ ਨੇ ਅਸੀਂ ਉਹਨਾਂ ਦੀ ਸਲਾਹਗਾ ਕਰਦੇ ਹਾਂ ਪੁਰਾਣੀਆਂ ਗੱਡੀਆਂ ਜਿਹੜੀਆਂ ਕੰਡਮ ਹੋ ਚੁੱਕੀਆਂ ਨੇ ਜਿਹੜੀਆਂ ਮੈਂ ਸਮਝਦਾ ਕਿ ਤਰ੍ਹਾਂ ਕਿਤੇ ਹਾਦਸਿਆਂ ਦਾ ਸ਼ਿਕਾਰ ਬਣਦੀਆਂ ਨੇ ਬਹੁਤ ਸਾਰੀ ਮਨੁੱਖੀ ਜਾਨ ਦੇ ਲਈ ਖਤਰਾ ਹੁੰਦੀਆਂ ਨੇਗੀਆਂ ਉਹਨਾਂ ਨੂੰ ਸਕ੍ਰੈਪ ਕਰਨ ਦੀ ਗੱਲ ਕੀਤੀ ਹੈ ਉਹ ਸਲਾਹਗਾ ਜੋ ਕਦਮ ਆ ਪਰ ਲੇਕਿਨ ਇਹ ਇਸ ਦੇ ਨਾਲ ਮੈਂ ਸਮਝਦਾ ਵੱਡੇ ਪੱਧਰ ਤੇ ਕਿਸੇ ਵੀ ਸਟੇਟ ਨੂੰ ਕੋਈ ਲਾਭ ਨਹੀਂ ਮਿਲਣਾ ਹੈਗਾ ਬਲਕਿ ਚਾਹੀਦਾ ਤਾਂ ਇਹ ਸੀਗਾ ਕਿ ਟ੍ਰੇਨ ਸਿਸਟਮ ਜਿਹੜਾ ਹੈ ਪਬਲਿਕ ਸੈਕਟਰ ਦਾ ਖੇਤਰ ਜਿਹੜਾ ਹੈਗਾ ਉਹਨੂੰ ਹੋਰ ਤਾਕਤਵਰ ਕੀਤਾ ਜਾਣਾ ਚਾਹੀਦਾ ਸੀਗਾ ਵੱਡੇ ਵੱਡੇ ਸ਼ਹਿਰ ਜਿੱਦਾਂ ਪੰਜਾਬ ਦੀ ਜੇ ਆਪਾਂ ਟ੍ਰੇਨਸ ਨੂੰ ਹੋਰ ਜਿਹੜਾ ਚਲਾਉਣਾ ਚਾਹੀਦਾ ਸੀਗਾ ਉਹ ਟ੍ਰੇਨਾਂ ਕਿਤੇ ਮਿਸ ਰਹੀਆਂ ਅਸੀਂ ਮੰਗ ਕੀਤੀ ਸੀਗੀ ਪੰਜਾਬ ਨੇ ਅਸੀਂ ਜਾ ਕੇ ਮੰਗ ਕੀਤੀ ਸੀਗੀ ਕਿ ਬੰਦੇ ਭਾਰਤ ਟ੍ਰੇਨ ਜਿਹੜੀ ਆ ਉਹ ਦਿੱਲੀ ਤੋਂ ਲੈ ਕੇ ਅਮਰਸਰ ਤੱਕ ਸ਼ੁਰੂ ਕੀਤੀ ਜਾਵੇ ਦਿੱਲੀ ਤੋਂ ਬਠਿੰਡਾ ਸ਼ੁਰੂ ਕੀਤੀ ਜਾਵੇ ਉਹ ਤਾਂ ਕੋਈ ਗੌਰ ਨਹੀਂ ਕੀਤਾ ਗਿਆ ਨਾਇਨ ਹਾਊਸ ਕੀਤੀ ਗਈ ਇਹ ਅਸੀਂ ਕਿਹਾ ਸੀਗਾ ਕਿ ਜਿਹੜਾ ਜ਼ਿਆਦਾਤਰ ਲੋਕਾਂ ਦੀ ਰੇਲਵੇ ਕਨੈਕਟੀਵਿਟੀ ਰਹੀ ਉਹਨਾਂ ਦਾ ਸਫ਼ਰ ਜ਼ਕੀਨੀ ਬਣਾ ਜਾ ਉਹ ਮਿਸਾਇਆ ਦੇ ਵਿੱਚ ਇਸ ਤਰ੍ਹਾਂ ਦਾ ਰეკਮੈਂਡੇਸ਼ਨ ਸੀ ਕੀ ਕੁਛ ਸੀਗਾ ਬਾਰਡਰ ਸਟੇਟ ਹੈ ਪੰਜਾਬ ਇਸ ਦੇ ਵਿੱਚ ਕੋਈ ਸਪੈਸ਼ਲ ਪੈਕੇਜ ਦੇ ਲਈ ਮੰਗ ਕੀਤੀ ਗਈ ਸੀਗੀ ਜਾਂ ਫਿਰ ਹੋਰ ਕੀ ਕੁਝ ਰეკਮੈਂਡੇਸ਼ਨ ਸੀਗੇ ਦੇਖੋ ਪੰਜਾਬ ਦਾ ਇੱਕ ਵੱਡਾ ਹਿੱਸਾ ਲਗਭਗ 550 ਕਿਲੋਮੀਟਰ ਬਾਰਡਰ ਸਟੇਟ ਆ ਪਾਕਿਸਤਾਨ ਦੇ ਨਾਲ ਲੱਗਦਾਗਾ ਉਥੇ ਸਿਕਿਉਰਿਟੀ ਦੇ ਲੈ ਕੇ ਉਹਦੀ ਸਿਕਿਉਰਿਟੀ ਅਨਾਉਂਸਮੈਂਟ ਦੇ ਲਈ ਜਿਹੜਾ ਹੈਗਾ ਕੇਂਦਰ ਸਰਕਾਰ ਨੂੰ ਲਿਖਿਆ ਸੀਗਾ ਕਿ 1000 ਕਰੋੜ ਰੁਪਏ ਦਾ ਸਾਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇ ਤਾਂ ਕਿ ਅਸੀਂ ਉਥੇ ਜਿਹੜੇ ਪੁਲਿਸ ਸਟੇਸ਼ਨ ਨੇ ਉਹਨਾਂ ਦੀ ਮੋਡਰਨਾਈਜੇਸ਼ਨ ਕਰ ਸਕੀਏ ਉਥੇ ਸਿਕਿਉਰਿਟੀ ਦੇ ਹੋਰ ਪੁਖਤਾ ਪ੍ਰਬੰਧ ਕਰ ਸਕੀਏ ਪਰ ਲੇਕਿਨ ਉਹਦੇ ਵਿੱਚ ਸਾਨੂੰ ਪੰਜਾਬ ਨੂੰ ਨਰਾਸ਼ ਕੀਤਾ ਗਿਆਗਾ ਸੋ ਬਾਰਡਰ ਸਟੇਟ ਹੋਣ ਦੇ ਕਾਰਨ ਸਾਡੀ ਮੰਗ ਸੀਗੀ ਸੋ ਉਹਦੇ ਵਿੱਚ ਬ੍ਰਿਤਨਾ ਸਾਨੂੰ ਜਿਹੜਾ ਹੈਗਾ ਨੈਗਲੈਕਟ ਕੇਂ ਜੀ ਜੀਮਾ ਸਾਹਿਬ ਇੱਕ ਜਿਹੜੇ ਕਰਜ਼ੇ ਆ ਸਟੇਟਸ ਤੇ ਕਿਹਾ ਗਿਆ ਕਿ ਸਮਾਂ ਜਿਹੜਾ ਕਿ ਹੋਰ ਵੀ ਦਿੱਤਾ ਗਿਆ ਹੁਣ ਸਟੇਟਸ ਨੂੰ ਕਿ ਆਪਣੇ ਡਵੈਲਪਮੈਂਟਲ ਕੰਮ ਕਰਨ ਸਰਕਾਰ ਜਿਹੜੀ ਆਪਣੇ ਡਵੈਲਪਮੈਂਟਲ ਡਵੈਲਪਮੈਂਟਲ ਜਿਹੜੇ ਕੰਮ ਜੜ ਕੀ ਹੈ ਉਹਨਾਂ ਨੂੰ ਕੈਰੀ ਕਰਨ ਤਾਂ ਕਿ ਜਿਹੜਾ ਸਮਾਂ ਹੈ ਉਹ ਵਧਾ ਦਿੱਤਾ ਜਾਵੇ ਤੇ ਜਿਹੜਾ ਪੈਸਾ ਹੈ ਉਸ ਨੂੰ ਇੱਥੇ ਕੰਜ਼ਿਊਮ ਕਰ ਲਿਆ ਜਾਵੇ ਲੱਗਦਾ ਨਹੀਂ ਕੋਈ ਛਲਾਗਾ ਯੋਗ ਸਟੈਪ ਹੈ ਕੇਂਦਰ ਸਰਕਾਰ ਵੱਲੋਂ ਦੇਖੋ ਕੇਂਦਰ ਸਰਕਾਰ ਨੇ ਉਸ ਦੇ ਵਿੱਚ ਜਿਹੜੀ ਕੈਪੀਟਲ ਅਸਿਸਟੈਂਸ ਸਾਨੂੰ ਸਟੇਟਾਂ ਨੂੰ ਦਿੱਤੀ ਹੈ ਉਹਦੇ ਲਈ ਉਹਨਾਂ ਦਾ ਧੰਨਵਾਦ ਪਰ ਲੇਕਿਨ ਉਹ ਵੀ ਕਾਫੀ ਸਾਰੀਆਂ ਕੰਡੀਸ਼ਨ ਲਾ ਕੇ ਦਿੱਤੀ ਹੈ ਕਿ ਸਟੇਟਾਂ ਕਿੰਨਾ ਸ਼ੇਅਰ ਪਾਉਣਗੀਆਂ ਕਿੰਨਾ ਹੈਗਾ ਪਰ ਲੇਕ ਉਹ ਵੀ ਜਿਹੜੀ ਆ ਉਹਦੇ ਨਾਲ ਵੀ ਕੋਈ ਵੱਡਾ ਫਾਇਦਾ ਜਿਹੜਾ ਸਟੇਟਾਂ ਨੂੰ ਨਜ਼ਰ ਨਹੀਂ ਆਉਂਦਾ ਸੋ ਅਲਟੀਮੇਟਲੀ ਦੇਸ਼ ਦੇ ਕਿਸਾਨ ਦੀ ਮੰਗ ਸੀਗੀ ਕਿ ਦੇਸ਼ ਦੇ ਕਿਸਾਨ ਦਾ ਕਰਜ਼ ਮਾਫ ਹੋਣਾ ਚਾਹੀਦਾ ਹੈਗਾ ਦੇਸ਼ ਦੇ ਕਿਸਾਨ ਨੂੰ ਦੋ ਫਸਲੀ ਚੱਕਰਾਂ ਚੋਂ ਕੱਢਣ ਲਈ ਡਾਈਵਰਸਿਫਿਕੇਸ਼ਨ ਦੀ ਨੀਤੀ ਲਿਆਉਣੀ ਚਾਹੀਦੀ ਆ ਜਿਹਦੇ ਦੇਨ ਫਸਲਾਂ ਦਾ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਤੈ ਹੋਣਾ ਚਾਹੀਦਾ ਉਹ ਉਹਦੇ ਕਿਤੇ ਕੋਈ ਜਕਰ ਨਹੀਂ ਆ ਰਿਹਾ ਕਿ ਦੂਸਰੀਆਂ ਫਸਲਾਂ ਸਿਵਾਏ ਕਣਕ ਤੇ ਛੋਨੇ ਦੇ ਕੋਈ ਵੀ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਉਹ ਨਿਰਧਾਰਤ ਨਹੀਂ ਕੀਤਾ ਗਿਆ ਸੋ ਆਲਟੀਮੇਟਲੀ ਜਿਹੜਾ ਇੱਕ ਬਹੁਤ ਵੱਡਾ ਤੋਖਾ ਹੋਇਆਗਾ ਬਲਕਿ ਕੇਂਦਰ ਸਰਕਾਰ ਤਾਂ ਕਈ ਵਾਰ ਸਾਡੇ ਨੂੰ ਇਹ ਬਿਤਕਰਾ ਕਰਦਾਗਾ ਕਿ ਪੰਜਾਬ ਦਾ ਕਿਸਾਨ ਪਰਾਲੀ ਸਾੜਦਾਗਾ ਜਦਕਿ ਸਾਰੇ ਦੇਸ਼ਾਂ ਦੇ ਸਾਰੇ ਸਟੇਟਾਂ ਦੇ ਸੌਰੀ ਜਿਹੜੇ ਕਿਸਾਨ ਨੇ ਉਪਰਾਲੀ ਉਹਨਾਂ ਨੂੰ ਮਜਬੂਰੀ ਬਸ ਇਹ ਕਿਸਾਨ ਨੂੰ ਉਪਰਾਲੀ ਸਾੜਦੀ ਪੈਂਦੀ ਆ ਉਹਦੇ ਪ੍ਰਬੰਧ ਦੀ ਗੱਲ ਕੀਤੀ ਸੀ ਅਸੀਂ ਲੇਖੇ ਦੇ ਕੇ ਸਕੀਮ ਦੇ ਦੱਸ ਕੇ ਆਏ ਸੀ ਕੇਂਦਰ ਸਰਕਾਰ ਨੂੰ ਕਿ ਕਿਸਾਨ ਦੀ ਮਦਦ ਕੀਤੀ ਜਾਵੇ ਉਹਦੇ ਲਈ ਵੀ ਕੋਈ ਵੀ ਇੱਕ ਜ਼ਿਕਰ ਤੱਕ ਨਹੀਂ ਹੋਇਆਗਾ ਇਹ ਮੈਂ ਸਮਝਦਾ ਕੇਂਦਰ ਸਰਕਾਰ ਦੇਸ਼ ਦੇ ਕਿਸਾਨ ਨੂੰ ਦੇਸ਼ ਦੇ ਆਮ ਲੋਕਾਂ ਨੂੰ ਜਿਹੜਾ ਹੈਗਾ ਉਹਨੇ ਬੁਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਤੇ ਜੇਕਰ ਦੇਸ਼ ਦੇ ਕਿਸਾਨ ਨੂੰ ਆਮ ਬੰਦਿਆਂ ਨੂੰ ਹੀ ਨਜ਼ਰ ਅੰਦਾਜ਼ ਕਰਤਾ ਤੇ ਤੁਹਾਨੂੰ ਕੀ ਲੱਗਦਾ ਹੈ ਕਿਸ ਨੂੰ ਫਾਇਦਾ ਪਹੁੰਚਾਉਣ ਦੇ ਲਈ ਇਹ ਬਜਟ ਜਿਹੜਾ ਕਿ ਉਹ ਬਣਾਇਆ ਗਿਆ ਦੇਖੋ ਵੱਡੇ ਵੱਡੇ ਪੂੰਜੀਪਤੀ ਘਰਾਣਿਆਂ ਨੂੰ ਵੱਡੇ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਨੇ ਵੱਡੇ ਵੱਡੇ ਕਾਰਪੋਰੇਟ ਹਾਊਸਸਿਸ ਨੇਗੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਬਜਟ ਜਿਹੜਾ ਤਿਆਰ ਕੀਤਾ ਗਿਆ ਜੇਕਰ ਪੰਜਾਬ ਦੇ ਗੱਲ ਕੀਤੀ ਰਵੇ ਪੰਜਾਬ ਦੇ ਗਵਰਨਰ ਵੱਲੋਂ ਅੱਜ ਇੱਕ ਸਟੇਟਮੈਂਟ ਜਿਹੜੀ ਕਿ ਸਾਹਮਣੇ ਆਈ ਉਹਨਾਂ ਵੱਲੋਂ ਕਿਹਾ ਗਿਆ ਕਿ ਨਸ਼ਾ ਜਿਹੜਾ ਕੀ ਪੰਜਾਬ ਦੇ ਸਕੂਲਸ ਤੱਕ ਪਹੁੰਚ ਚੁੱਕਿਆ ਹੈ ਬੱਚੇ-ਬੱਚੇ ਤੱਕ ਨਸ਼ਾ ਜਿਹੜਾ ਕੀ ਹੈ ਐਕਸੈਸਿਬਲ ਹੈ ਉਹ ਤੁਹਾਨੂੰ ਕੀ ਲੱਗਦਾ ਕਿ ਇਹ ਸਟੇਟਮੈਂਟ ਕਿਉਂ ਦਿੱਤੀ ਗਈ ਹੈ ਪੰਜਾਬ ਦੇ ਗਵਰਨਰ ਵੱਲੋਂ ਦੇਖੋ ਗਵਰਨਰ ਸਾਹਿਬ ਨੂੰ ਆਪਣੇ ਅਧਿਕਾਰ ਖੇਤਰ ਚ ਰਹਿਣਾ ਚਾਹੀਦਾ ਗਵਰਨਰ ਸਾਹਿਬ ਨੂੰ ਆਪਣੇ ਅਹੁਦੇ ਦਾ ਮਾਣ ਮਰਿਆ ਦਾ ਕਾਇਮ ਰੱਖਣੀ ਚਾਹੀਦੀ ਹੈਗੀ ਬਿਲਕੁਲ ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਲਗਾਤਾਰ ਨਸ਼ਿਆਂ ਦੇ ਖਿਲਾਫ ਅਸੀਂ ਜੰਗ ਛੇੜੀ ਹੋਈ ਆ ਨਸ਼ਿਆਂ ਦਾ ਖਾਤਮਾ ਕਰਾਂਗੇ ਪੰਜਾਬ ਦੇ ਅੰਦਰ ਨਸ਼ੇ ਲੈ ਕੇ ਕੌਣ ਆਲੇ ਆ ਕੌਣ ਸੀਗੇ ਬੀਜੇਪੀ ਵਾਲੇ ਲੋਕ ਸੀਗੇ ਕਾਂਗਰਸ ਵਾਲੇ ਲੋਕ ਸੀ ਅਕਾਲੀ ਦਲ ਵਾਲੇ ਲੋਕ ਸੀਗੇ ਉਹਨਾਂ ਤਿੰਨਾਂ ਪਾਰਟੀਆਂ ਨੇ ਪੰਜਾਬ ਦੇ ਅੰਦਰ ਨਸ਼ੇ ਲੈ ਕੇ ਆਂਦੇ ਪਰ ਲੇਕਿਨ ਨਸ਼ਿਆਂ ਨੂੰ ਖਤਮ ਕਰਨ ਦਾ ਬੀੜਾ ਸਰਦਾਰ ਭਗਵੰਤ ਸਿੰਘ ਮਾਨ ਜਿੱਤ ਚੁੱਕਿਆ ਨਸ਼ਿਆਂ ਦਾ ਬਿਲਕੁਲ ਖਤਮ ਕਰਕੇ ਰਾਂਗੇ ਔਰ ਲਗਾਤਾਰ ਨਸ਼ਿਆਂ ਦੇ ਖਿਲਾਫ ਪਹਿਲੀ ਵਾਰ ਇੱਕ ਸਖਤ ਜਿਹੜੀ ਮਹਿੰਮਾ ਸ਼ੁਰੂ ਕੀਤੀ ਗਈ ਹੈ ਔਰ ਤੁਸੀਂ ਦੇਖਣਾਗਾ ਜਿਹੜਾ ਨਸ਼ੇ ਬਿਲਕੁਲ ਹੀ ਖਤਮ ਹੋਣਗੇ ਪੰਜਾਬ ਦੇ ਅੰਦਰ ਜੀਮਾ ਸਾਹਿਬ ਆਖਰੀ ਸਵਾਲ ਕੇਂਦਰ ਦਾ ਬਜਟ ਸੀਗਾ ਨਹੀਂ ਪਸੰਦ ਆਇਆ ਪੰਜਾਬ ਨੂੰ ਹੁਣ ਪੰਜਾਬ ਦਾ ਬਜਟ ਜਿਹੜਾ ਕੀ ਹੈ ਉਸ ਦੇ ਵਿੱਚ ਲੋਕਾਂ ਨੂੰ ਕਾਫੀ ਉਮੀਦਾਂ ਨੇ ਤਾਂ ਪੰਜਾਬ ਦਾ ਬਜਟ ਕੀ ਲੋਕਾਂ ਦੇ ਲਈ ਹੋਣ ਜਾ ਰਿਹਾ ਆਮ ਲੋਕਾਂ ਲਈ ਪੰਜਾਬ ਦੇ ਦੇਖੋ ਪਿਛਲਾ ਬਜਟ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੇਸ਼ ਕੀਤਾ ਸੀ ਮੇਰੇ ਵੱਲੋਂ ਪੇਸ਼ ਕੀਤਾ ਗਿਆ ਸੀ ਉਸ ਬਜਟ ਦੇ ਅਧੀਨ ਵੀ ਅਸੀਂ ਐਜੂਕੇਸ਼ਨ ਦਾ ਹੈਲਥ ਸੈਕਟਰ ਦਾ ਬਹੁਤ ਧਿਆਨ ਰੱਖਿਆ ਸੀਗਾ ਪਹਿਲੀ ਵਾਰ ਸੀਗਾ ਕਿ ਐਜੂਕੇਸ਼ਨ ਦੇ ਅੰਦਰ ਹੈਲਥ ਸੈਕਟਰ ਦੇ ਅੰਦਰ ਅਸੀਂ ਬਜਟ ਦੇ ਵਿੱਚ ਕਾਫੀ ਵਾਦਾ ਕੀਤਾ ਸੀਗਾ ਸੋ ਸਾਡਾ ਜਿਹੜਾ ਇਹ ਵੀ ਬਜਟ ਹੈਗਾ ਇਹ ਵੀ ਪੰਜਾਬ ਦੇ ਲੋਕ ਪੱਖੀ ਬਜਟ ਹੋਊਗਾ ਲੋਕਾਂ ਦਾ ਲੋਕਾਂ ਦੀਆਂ ਮੁਸ਼ਕਲਾਂ ਨੂੰ ਲੋਕਾਂ ਦੇ ਜਿਹੜੀਆਂ ਸਹਾਇਤਾ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾ ਰਿਹਾਗਾ ਬਹੁਤ ਬਹੁਤ ਧੰਨਵਾਦ ਜੀ ਤਾ ਆਸੀ ਕੇ ਸਾਡ ਨਾਲ ਪੰਜਾਬ ਦੇ ਫਾਈਨੈਂਸ ਮਿਸਟਰ ਹਰਪਾਲ ਸਿੰਘ ਚੀਮਾ ਜਿਨ੍ਹਾਂ ਨੇ ਦੱਸਿਆ ਕਿ ਜੇਕਰ ਬਜਟ ਦੀ ਗੱਲ ਕੀਤੀ ਜਾਵੇ ਤਾਂ ਆਮ ਲੋਕਾਂ ਦੇ ਲਈ ਨਹੀਂ ਸੀਗਾ ਬਲਕਿ ਇਹ ਉਹਨ ਪੂੰਜੀਪਤੀਆਂ ਦੇ ਲਈ ਸੀਗਾ ਜਿਹਨੂੰ ਕੇਂਦਰ ਸਰਕਾਰ ਖੁਸ਼ ਕਰਨਾ ਚਾਹੁੰਦੀ ਹੈ ਤੇ ਗगन ਕਿਤੇ ਨ ਕਿਤੇ ਇਹ ਵੀ ਜਰੂਰ ਕਿਉਂਕਿ ਉਮੀਦ ਪੰਜਾਬ ਨੂੰ ਬਜਟ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਬਜਟ ਤੋਂ ਸੀਗੀ ਤੇ ਹੁਣ ਪੰਜਾਬ ਦੇ ਬਜਟ ਤੋਂ ਹੈ ਤੇ ਇਸ ਦਾ ਵੀ ਭਰੋਸਾ ਜਤਾਇਆ ਹੈ ਕਿ ਪੰਜਾਬ ਦਾ ਜਿਹੜਾ ਬਜਟ ਹੋਣ ਜਾ ਰਿਹਾ ਉਹ ਲੋਕਾਂ ਦੇ ਲਈ ਹੋਏਗਾ ਜੀ ਗगन ਬਾਬਾ ਬਹੁਤ ਸ਼ੁਕਰੀਆ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ ਔਰ ਇਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਹਰਪਾਲ ਚਿਮਾ ਦੇ ਨਾਲ ਗੱਲਬਾਤ ਕਰ ਰਹੇ ਸਾਡੇ ਸਹਿਯੋਗੀ ਅਨਮੋਲ ਗੁਲਾਟੀ ਜਿਨ੍ਹਾਂ ਨੇ ਦੱਸਿਆ ਕਿ ਹਰਪਾਲ ਚਿਮਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਹਰ ਵਰਗ ਦੀ ਗੱਲ ਜੋ ਕੇਂਦਰ ਸਰਕਾਰ ਦੇ ਵੱਲੋਂ ਆਖੀ ਜਾ ਰਹੀ ਹੈ ਕਿ ਹਰ ਵਰਗ ਦੇ ਸੁੱਖ ਸੁਖਾ ਰਹੂਣਗੇ ਲੇਕਿਨ ਇਸ ਤਰ੍ਹਾਂ ਦਾ ਬਿਲਕੁਲ ਨਹੀਂ ਹੈ ਔਰ ਪੰਜਾਬ ਦੇ ਨਾਲ ਮਤਰਈ ਮਾਵਾਲਾ ਸਲੂਕ ਕੀਤਾ ਗਿਆ ਹੈ ਕੇਂਦਰ ਸਰਕਾਰ ਨੇ ਪੰਜਾਬ ਦੇ ਲਈ ਬਾਰਡਰ ਸਟੇਟ ਪੰਜਾਬ ਦੇ ਲਈ ਸਪੈਸ਼ਲ ਪੈਕੇਜ ਦੀ ਮੰਗ ਨੂੰ ਠੁਕਰਾਇਆ ਹੈ ਨਕਾਰ ਦਿੱਤਾ ਹੈ ਇਸ ਬਜਟ ਦੇ ਵਿੱਚ ਸਪੈਸ਼ਲ ਪੈਕੇਜ ਦੇ ਲੈ ਕੇ ਕਿਸੇ ਤਰ੍ਹਾਂ ਦੀ ਕੋਥਾ ਨਹੀਂ ਦਿੱਤੀ ਗਈ ਹੈ ਕਿ ਸਰਕਾਰ ਨੇ ਕੁਝ ਨਹੀਂ ਕੀਤਾ ਔਰ ਜਿਤੋਂ ਤੱਕ ਗੱਲ ਪੰਜਾਬ ਦੇ ਕਿਸਾਨਾਂ ਦੀ ਕੀਤੀ ਜਾਏ ਤਾਂ ਪੰਜਾਬ ਦੇ ਕਿਸਾਨਾਂ ਦੀ ਮੰਗ ਲਗਾਤਾਰ ਹੀ ਕਿ ਐਮਐਸਪੀ ਐਮਐਸਪੀ ਨੂੰ ਲੈ ਕੇ ਕੇਂਦਰ ਸਰਕਾਰ ਕੋ ਐਲਾਨ ਕੀਤੇ ਕਰੇ ਲੇਕਿਨ ਬਜਟ ਦੇ ਵਿੱਚ ਐਮਐਸਪੀ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਪ੍ਰਾਵਧਾਨ ਨਹੀਂ ਰੱਖਿਆ ਗਿਆ ਹੈ